ਸਰਦਾਰ ਜੀ ਹਾਂਜੀ ਹਾਂਜੀ ਉਰੇ ਆਓ ਇੱਥੇ ਬੈਠੋ। ਕੀ ਗੱਲ ਹੋ ਗਈ ਆ? ਕੰਮ ਕਰ ਲਾ ਥੋੜਾ ਬੜਾ ਕਰ ਲਿਓ, ਬਾਅਦ ਚ ਮੇਰੀ ਗੱਲ ਤੇ ਸੁਣ ਲਓ। ਧੁੱਪ ਬੜੀ ਚੜ੍ਹ ਰਹੀ ਆ। ਹਾਂ ਦੱਸੋ। ਮੈਂ ਕਹਿਣ ਡਈ ਸੀ ਹਾਂ ਕਿਰਾਏ ਤੇ ਘਰ ਤੇ ਲੈ ਲਿਆ ਵਾ। ਹਾਂਜੀ ਤੇ ਇੱਥੇ ਪੈਰ ਲੱਗ ਵੀ ਜਾਣਗੇ? ਪੈਰ ਤੇ ਹੁਣ ਰੱਬ ਦੇ ਹੱਥ ਵਾਚੀ ਆ, ਉਹਨੇ ਹੀ ਲਾਉਣੇ ਆ। ਕੰਮ ਮਿਲੂ ਤੁਹਾਨੂੰ ਕਿਤੇ ਤੇ ਕਿਰਾਇਆ ਤਾਰਾਂਗੇ। ਕੰਮ ਤੇ ਹੁਣ ਵੇਖੋ, ਜੇ ਤੇ ਮਿਲ ਗਿਆ ਸਵੇਰੇ ਫੇਰ ਜਾਊਂਗਾ, ਤੇ ਜੇ ਤੇ ਪੱਕਾ ਕੰਮ ਕਿਤੇ ਮਿਲ ਗਿਆ ਤੇ ਉਹ ਕਰ ਲੂੰਗਾ, ਨਹੀਂ ਤੇ ਫਿਰ ਦਿਹਾੜੀ ਤੇ ਕਿਤੇ ਨਾ ਕਿਤੇ ਲਾ ਕੇ ਆਊਂਗਾ ਇਹਨਾਂ। ਮਾੜਾ ਮੋਟਾ ਤੇ ਕਰੂੰਗਾ ਹੀ ਹੁਣ, ਕਿਰਾਇਆ ਲਾਉਣ ਜੋਗਾ ਤੇ ਕਰਨਾ ਹੀ ਪੈਣਾ। ਸੌਦਾ ਵੀ ਲਿਆਉਣਾ ਲਿਆਣਾ, ਬੱਚਿਆਂ ਦੇ ਵੀ ਖਾਣ ਪੀਣ ਦਾ ਕੁਛ ਸੋਚਣਾ ਪੈਣਾ। ਇਹ ਤੇ ਤੇਰੀ ਗੱਲ ਸਹੀ ਆ। ਚਲੋ ਵੇਹਨੇ ਆ ਰੱਬ ਕੀ ਕਰਦਾ ਵਾ, ਉਹਦੇ ਘਰ ਦੇਰ ਵਾ, ਹਨੇਰ ਤੇ ਹੈ ਨੀ ਗਾ ਨਾ। ਚਲੋ ਕਰ ਲਓ ਫਿਰ ਕੰਮ, ਮੈਂ ਥੋੜਾ ਝਾੜੂ ਲਾ ਲਾ। ਲਾ ਲਾ ਫਿਰ ਰੋਟੀ ਪਾਣੀ ਬਣਾਓ। ਉਹ ਉੱਥੇ ਇਕੱਠਾ ਕਰ ਦਿੰਦਾ ਮੈਂ ਸਾਰਾ, ਸਫਾਈ ਤਾਂ ਹੁਣ ਕਰਨੀ ਪੈਣੀ ਆ। ਆਹੋ ਕਰ ਦੋ ਉੱਥੇ। ਕੋਈ ਨੀ ਮੈਂ ਕਰ ਦਿੰਦੀ ਸਾਰਾ। ਪਾਣੀ ਤਰੋਕ ਲਾ, ਮਾਸਾ ਘੱਟਾ ਉੱਡਣ ਡਿਆ। ਪਾਣੀ ਤਰੋਕ ਲਾ, ਮਾਸਾ ਭਾਂਡਾ ਲੈ ਕੇ ਤਰੋਕ ਲੈਣੀ ਆ। ਪਾਣੀ ਤਰੋਕਣਾ ਹੀ ਪੈਣਾ। ਹਾਂਜੀ ਗੇਟ ਜੀ, ਉਹਦਾ ਬਿੱਲ ਤਰਦਾ ਜਾਂਦਾ ਜੀ ਮੋਟਰ ਦਾ, ਤੇ ਬਿੱਲ ਤਾਰਨਾ ਪੈਂਦਾ ਜੀ ਉਹਦਾ ਟੂਟੀ ਦਾ, ਤੇ ਕਦੇ ਚੱਲਦੀ ਹੈ ਨੀ, ਪਾਣੀ ਛੱਡਦਾ ਹੀ ਨੀ। ਜੱਗ ਪਾਇਓ ਪਾਣੀ ਦਾ, ਭਰੋ ਮੈਂ ਗੇਟ ਦੀ। ਪਾਣੀ ਤਰਾਉ ਕੇ ਫਿਰ ਲੰਮੀ ਆ ਘੱਟਾ ਬੋ ਕੇ ਲਾ ਝਾੜੂ ਚੰਗੀ ਤਰ੍ਹਾਂ, ਘਰ ਨੂੰ ਵਧੀਆ ਬਣਾ ਦੇ ਸੋਨੇ ਵਰਗਾ। ਕੋਈ ਗੱਲ ਲੈ ਫੜ। ਬੱਚੇ ਪਤਾ ਨੀ ਕਿੱਥੇ ਖੇਡਣ ਗਏ, ਇਹ ਵਿਚਾਰੇ ਖੇਡਣ ਹੀ ਆ ਕਿ ਉਹਨਾਂ ਕਿੱਥੇ ਜਾਣਾ, ਇੱਥੇ ਹੀ ਹੋਣੇ। ਕਿੰਨਾ ਕੁ ਕੰਮ ਰਹਿੰਦਾ ਅਜੇ? ਝਾੜੂ ਲੱਗੀ ਲਾਉਣਾ, ਹਲੇ ਤੇ ਪਾਣੀ ਤਰੌਂਕਿਆ ਵਾ। ਝਾੜੂ ਲਾ ਲਾ ਫਿਰ, ਤੇ ਥੋੜੀ ਬੜੀ ਸਫਾਈ ਕਰ ਲਾ, ਚੱਲ ਬਹਿਣ ਜੋਗਾ ਹੋ ਗਿਆ ਵਾ, ਤੇ ਮੁੜ ਕੇ ਚਾਹ ਚੂ ਬਣਾ ਲਾ ਘੁੱਟ। ਚਾਹ ਮੈਂ ਕਾਹਦੀ ਬਣਾਣਾ, ਹਲੇ ਤੇ ਇੱਥੇ ਆਣ ਕੇ ਪੈਰ ਹੀ ਲਾਏ ਆ, ਤੇ ਦੁੱਧ ਵੀ ਹੈ ਨੀ ਤੇ ਖੰਡ ਪੱਤੀ ਵੀ ਹੈ ਨੀ ਆ। ਹਾਂ ਚਲੋ ਰਹਿਣ ਦੇ ਫਿਰ ਚਾਹ, ਫਿਰ ਪਾਣੀ ਦਾ ਘੁੱਟ ਪਿਆਲ ਪੀ ਲਓ ਮੈਨੂੰ। ਪਾਣੀ ਪਿਆਲ ਦਿੰਦੀ ਆ, ਪਾਣੀ ਪਿਆਲ ਤੇ ਥੋੜਾ ਮੈਂ ਲੱਕ ਸਿੱਧਾ ਕਰ ਲਾਂ। ਮਾਨਤਾ ਗਲਾਸ ਗਲੂਸ ਹੈਗਾ ਕੋਈ ਕਿ ਨਹੀਂ? ਚੱਲ ਲਿਆ ਇਦਾਂ ਹੀ ਪੀ ਲੈਣਾ ਵਾ। ਪਾਣੀ ਪਾਪਾ ਇੰਨਾ ਕੀ ਰਹਿ ਗਿਆ ਵਾ, ਕੋਈ ਨਹੀਂ ਤਾਂ ਮੂੰਹ ਕਰਕੇ ਪੀ ਲੈਣਾ ਵਾ। ਚੱਲ ਆ ਰੱਖ ਲਾ ਥੋੜਾ, ਠੀਕ ਆ ਪਾਪਾ। ਬਾਕੀ ਉਹ ਨਲਕੇ ਤੋਂ ਭਰ ਕੇ ਰੱਖ ਲਓ ਨਾ, ਠੰਡਾ ਕੇ ਦੇ ਘਰ ਰੱਖੋ ਫ੍ਰਿਜ ਚ। ਪਾਪਾ ਕਿਹਦੇ ਘਰ, ਹਲੇ ਕਿੱਥੇ ਜਾਣਾ, ਨਵੇਂ ਥਾਂ ਤੁਸੀਂ ਆਏ ਹੀ ਹੋ, ਨਿਆਣਿਆਂ ਨੂੰ ਨਾ ਕੋਈ ਜਾਣਦਾ ਨਾ ਪਸੰਦ ਆ। ਉਹ ਚਲੋ ਆਸਤੇ ਆਸਤੇ ਸਾਂਝ ਬਣ ਜਾਂਦੀ ਹੁੰਦੀ ਜਿੱਥੇ ਬੰਦਾ ਰਵੇ।
ਹਾਲੇ ਤਾਂ ਕਿਹਨੂੰ ਅਸੀਂ ਮਿਲੇ ਜੁਲੇ ਨੀ, ਇੱਕ ਦੋ ਦਿਨ ਕੱਢੋ ਫਿਰ ਆਪੇ ਸਾਂਝ ਬਣ ਜਾਂਦੀ ਹੁੰਦੀ ਹੈ, ਫਿਰ ਕਿਤੇ ਨਾ ਕਿਤੇ ਚਲੋ ਕਿਸੇ ਦੇ ਘਰ ਪਾਣੀ ਰੱਖ ਆਏ ਬੋਤਲ ਭਰ ਕੇ ਇੱਕ ਦੋ, ਠੰਡੀ ਰੋਟੀ ਰੋਟੀ ਨਾਲ ਬੰਦਾ ਪਾਣੀ ਪੀ ਲੈਂਦਾ ਵਾ, ਓਦਾਂ ਤੇ ਸਰ ਜਾਂਦਾ ਦਿਨੇ ਨਲਕੇ ਦੇ ਪਾਣੀ ਨਾਲ, ਥੋੜਾ ਗੇੜਿਆ ਠੀਕ ਨਿਕਲ ਜਾਂਦਾ ਵਾ। ਮੈਂ ਕੀ ਰਹੀ ਕਰਨਾ, ਮੈਂ ਚੁੱਲਾ ਬਣਾਉਂਦੀ ਆ, ਝਾੜੂ ਲਾਉਂਦੀ, ਚੁੱਲਾ ਬਣਾ ਲਾ ਮੈਂ ਫਿਰ ਡੇਰੀ ਤੋਂ ਦੁੱਧ ਦੁੱਧ ਤਾਂ ਅਰੇਂਜ ਕਰਾਂ। ਜਾਓ ਕਰੋ ਫਿਰ, ਚਾਹ ਤਾਂ ਤੁਸੀਂ ਮੰਗਣ ਡੇ ਆ ਤੇ ਦੁੱਧ ਤੇ ਪੱਤੀ ਤਾਂ ਬਗੈਰ ਚਾਹ ਨਹੀਂ ਬਣਨੀ। ਮੈਂ ਵੇਖਣਾ ਵਾ ਤੂੰ ਤਾਂ ਚੁੱਲਾ ਬਣਾ ਲਾ, ਰਾਤ ਨੂੰ ਦਾਲ ਸਬਜ਼ੀ ਬਣਾਉਣ ਦੇ ਕੰਮ ਆ ਜਾਊਗਾ ਮੁੜ ਕੇ। ਆਹੋ ਚੱਲ ਜਾਓ, ਮੈਂ ਵੇਖਣਾ ਲਿਆਉਣਾ ਮਾਸ ਪਾ ਦਿੰਦੇ ਹੁੰਦੇ ਲਫਾਫੇ ਜੀ, ਭਾਂਡਾ ਕੀ ਕਰਨਾ। ਨਹੀਂ ਭਾਂਡਾ ਕੀ ਕਰਨਾ, ਸਫੈਟ ਵਾਲਾ ਲੈ ਆਇਆ ਥੋੜਾ ਜਿਹਾ, ਦਹਾਂ ਕਦਾ ਬੜਾ। ਨਿਆਣਿਆਂ ਵਿਚਾਰਿਆਂ ਦੇ ਕੀ ਆ, ਭੁੱਖੇ ਤੇ ਆਏ ਤੁਰੇ ਫਿਰਦੇ, ਸਵੇਰ ਦੇ ਪਾਣੀ ਦੇ ਘੁੱਟ ਤੇ, ਦੁੱਧ ਕਿਤੇ ਮਿਲ ਜੇ ਤੇ ਚੱਲ ਚਾਹ ਤੇ ਬਣਾ ਕੇ ਘੁੱਟ ਦੇਵਾਂ ਇਹਨਾਂ ਨੂੰ, ਤਰਲੇ ਲੈਂਦੇ ਫਿਰਦੇ ਜਦੋਂ ਦੇ ਘਰ ਆਏ ਆ। ਬੰਦ ਪਾਪਾ ਬਰਪਾਈ ਨੰਗਣ ਡਿਆ ਸੀ, ਅਸੀਂ ਅਸੀਂ ਖਰਬੂਜਾ ਮੰਗਿਆ, ਉਹਨਾਂ ਨੇ ਅੱਧਾ ਖਰਬੂਜਾ ਦੇਤਾ। ਖਰਬੂਜਾ ਦਿੱਤਾ ਉਹ ਤੇ ਮੈਂ ਤੇ ਚੱਲਿਆ ਦੁੱਧ ਲੈਣ, ਖਰਬੂਜਾ ਖਾ ਲੈਨੇ ਪਾਪਾ ਆ ਜਾਓ। ਪਾਪਾ ਪਹਿਲਾਂ ਖਾ ਲਓ ਫਿਰ ਚੱਲ ਜਿਓ। ਚਲੋ ਖਾ ਲਓ ਫਿਰ, ਖਰਾਬ ਨਾ ਹੋ ਜੇ, ਖਰਾਬ ਵੀ ਹੋ ਜਾਂਦੇ ਨਾ, ਫ੍ਰਿਜ ਕਿਹੜੀ ਹੈਗੀ ਆਪਣੇ ਕੋਲ। ਹਾਂਜੀ ਚਲੋ ਦੁੱਧ ਬਾਅਦ ਚ ਲੈ ਆਉਂਦੇ ਆਪਣੇ ਮੰਮੀ ਨੂੰ ਦੋ ਕਰਦੇ। ਹਾਂ ਪੁੱਤ ਖਾ ਲਓ ਖਰਬੂਜਾ, ਤੇ ਅਸੀਂ ਕਿੱਥੋਂ ਲੈ ਆਏ ਪੁੱਤ? ਅੰਮੀ ਮੈਂ ਦਾਈ ਭਾਈ ਨੂੰ ਤੇ ਉਹ ਕਹਿੰਦਾ ਵੀ ਤੁਸੀਂ ਅੱਧਾ ਖਰਬੂਜਾ ਲੈ ਲਓ। ਲੈ ਸਵੇਰ ਦੇ ਮੇਰੇ ਤੇ ਪੁੱਤ ਭੁੱਖੇ ਤੁਰੇ ਫੈਂਡੇ ਸੀ, ਤੇ ਜਾਓ ਬਹਿ ਜਾ ਮੰਜੀ ਤੇ ਖਾ ਲੈਂਦੇ, ਮੈਂ ਲਿਆਉਂਦੀ ਆ ਕੱਟ ਕੇ, ਰੱਖੋ ਇੱਥੇ ਮੈਂ ਲਿਆਉਂਦੀ ਕਰਦ ਲੈ ਕੇ ਆਉਂਦੀ। ਠੀਕ ਆ ਮੰਮੀ, ਖਾ ਲਓ ਹੱਥ ਧੋਵਾ, ਦੁੱਧ ਬਾਅਦ ਚ ਲੈ ਆਉਣੇ ਜੇ ਮਿਲ ਗਿਆ ਤੇ, ਨਹੀਂ ਤੇ ਫੇਰ ਨਾਲ ਸਾਰ ਲੋ ਖਰਬੂਜੇ ਨਾਲ ਹੀ ਹੁਣ। ਆਹੋ ਕੋਈ ਗੱਲ ਨੀ, ਠੀਕ ਆ ਬਹਿ ਜਾ ਪੁੱਤ ਮੇਰਾ, ਰੱਖ ਰੱਬਾ ਅੱਗੇ ਵੀ ਕਿਰਾਏ ਤੇ ਕਰ ਲਿਆ ਸੀ, ਕਿਰਾਇਆ ਨਾ ਤਰਿਆ, ਦੂਜੇ ਥਾਂ ਆਏ ਆ, ਹਾਲੇ ਕੋਈ ਕੰਮ ਦੀ ਆਸ ਨੀ ਆ, ਨਿਆਣੇ ਵਿਚਾਰੇ ਏਦਾਂ ਤੁਰੇ ਫਿਰਦੇ ਆ, ਹਾਲੇ ਕੀ ਕਰੇ ਬੰਦਾ, ਗਰੀਬੀ ਵੀ ਇੰਨੀ, ਪੈਸੇ ਦੀ ਵੀ ਕਿਤੇ ਆਸ ਨੀ। ਆ ਖਰਬੂਜਾ ਤੇ ਕੱਟ ਕੇ ਦਵਾਂ ਨਿਆਣੇ ਨੂੰ, ਆ ਗਏ, ਹਾਲੇ ਤੇ ਕਮਰਾ ਵੀ ਸਾਰਾ ਸਾਫ ਕਰਨ ਵਾਲਾ ਪਿਆ, ਤੇ ਰਾਤ ਨੂੰ ਸੌਣਾ ਵੀ ਕਿੱਥੇ ਆ, ਕੀ ਕਰਾਂ ਮਣਾ, ਮੰਜਾ ਵੀ ਇੱਥੇ ਹੀ ਆ, ਮੰਜਿਆਂ ਦੇ ਨਿਆਣੇ ਨੂੰ ਪਾ ਦਾਂਗੇ, ਕੀ ਕਰਨਾ ਫਿਰ, ਵਿਚਾਰੇ ਕਦੋਂ ਦੇ ਡਿੱਕਣ ਡੇ ਆ ਖਰਬੂਜੇ ਨੂੰ, ਉਹ ਤੇ ਦਵਾਂ ਕੱਟ ਕੇ। ਕਰ ਤਾਂ ਪਤਾ ਨੀ ਕਿੱਥੇ ਚੱਲ ਗਈ, ਕਿੱਥੇ ਰੱਖ ਤੀ ਆ, ਇਧਰਲੇ ਪਾਸੇ ਬਹਿ ਦੇ ਕੱਟ ਕੇ ਦੇ ਨਿਆਣਿਆਂ ਨੂੰ ਪਹਿਲੋਂ, ਚਲੋ ਭੁੱਖ ਲੱਗੀ ਆ ਵਿਚਾਰਿਆਂ ਨੂੰ, ਵੇਖ ਲਾ ਰੱਬ ਨੇ ਆਪੇ ਹੀ ਦੇਤਾ ਵਾ ਇਹਨਾਂ ਨੂੰ ਕੁਝ ਫਲ ਖਾਣ ਨੂੰ, ਤੇ ਸਾਡੇ ਕੋਲ ਤੇ ਅਜੇ ਕੁਝ ਵੀ ਨੀ ਕੀਤਾ ਜਾਣ ਡਿਆ। ਕੋਈ ਗੱਲ ਨੀ, ਮੱਖੀਆਂ ਹੀ ਬੜੀਆਂ ਉੱਤੇ ਬਹਿਣ ਡਈਆਂ ਵਾ, ਕਿਤੇ ਮਿਲਦਾ ਵਾ ਕੰਮ ਧੰਦਾ ਤੇ ਥੋੜਾ ਜਿਹਾ ਤੁਹਾਨੂੰ ਪੱਖਾ ਲਿਆ ਦਾਂ, ਮਹਾਰਾਜ ਦਊਗਾ ਹੀ ਨਾ ਕੰਮ, ਜੀਆਂ ਦਾ ਕਰਕੇ ਕਿਹੜੇ ਕਰਮਾਂ ਨੂੰ ਪੱਖਾ ਮਿਲੂਗਾ ਹੀ ਨਾ। ਬਹੁਤ ਮੱਖੀਆਂ ਡਾ ਤੋ ਮੱਖੀ ਬਹੁਤ ਜ਼ਿਆਦਾ ਬਹਿਣ ਡਈ ਉੱਤੇ,
ਲੈ ਪੁੱਤ ਖਾ। ਤੇ ਤੂੰ ਵੀ ਪੁੱਤਰਾ, ਤੈਨੂੰ ਥੋੜਾ ਨਿੱਕਾ ਪੀਸ ਹੀ ਦਿੱਤਾ ਵਾ, ਦੂਜੀ ਯਾਰ ਵੱਡਾ ਖਾ ਲਾ ਤੂੰ। ਤੂੰ ਇਹ ਖਾਓ ਲੈ ਲਓ, ਕਦੋਂ ਉਹਦੇ ਚਾਹ ਮੰਗਣ ਡੇ। ਹਾਂ ਨਾ, ਕੱਟ ਕੇ ਪੀਸ ਤੇ ਹੋਰ ਦੇ ਇੱਕ ਨਿਆਣਿਆਂ ਨੂੰ, ਇੱਕ ਨਾਲੇ ਆਪ ਖਾ ਲਾ, ਮੈਂ ਇੰਨਾ ਕੀ ਖਾਣਾ ਵਾ ਬਸ। ਫਿਰ ਕਿਹੜੀ ਗੱਲ ਆ ਪਾਪਾ, ਜੇ ਤੁਸੀਂ ਮੈਨੂੰ ਪੀਸ ਨਿੱਕਾ ਦਿੱਤਾ ਵਾ, ਢਿੱਡ ਤੇ ਮੇਰਾ ਭਰ ਜੂਗਾ, ਮੈਂ ਕਿਹੜਾ ਨਿੱਕੀ ਹੋ ਚੱਲੀ ਆ ਨਾਲੇ। ਚੱਲ ਇੱਕ ਹੋਰ ਖਾ ਅੱਜ। ਠੀਕ ਆ ਪਾਪਾ, ਫਿਰ ਇੱਕ ਪੀਸ ਹੋਰ ਦੇ ਕੁੜੀ ਨੂੰ, ਇੱਕ ਮੁੰਡੇ ਨੂੰ ਦੇ, ਇੱਕ ਆਪ ਖਾ ਲਾ, ਮੈਂ ਇੰਨਾ ਕੀ ਖਾਣਾ ਵਾ। ਹਾਲੇ ਰਾਤ ਦਾ ਆਟਾ ਦਾ ਪ੍ਰਬੰਧ ਕਰਨਾ ਪੈਣਾ। ਅੱਗੇ ਕਿਹੜਾ ਅਸੀਂ ਪ੍ਰਬੰਧ ਕੀਤਾ, ਪਰਮਾਤਮਾ ਨੇ ਕੀਤਾ, ਖਰਬੂਜਾ ਮਿਲ ਗਿਆ ਨਾ ਖਾਣ ਨੂੰ, ਇਹਦੇ ਚ ਮਿੱਠਾ ਵਾ, ਇਹਦੇ ਚ ਸਾਰਾ ਕੁਝ ਪਿਆ ਵਾ, ਤੂੰ ਖਰਬੂਜਾ ਖਾ, ਉਹ ਵੀ ਮਾਲਕ ਨੇ ਦੇ ਦੇਣਾ, ਮੈਂ ਜਾਣਾ ਵਾ ਕਿਤੇ ਲੈ ਕੇ ਆਉਣਾ। ਕੋਈ ਨੀ, ਮਹਾਰਾਜ ਗਰੀਬੀ ਦਿੰਦਾ ਵਾ ਨਾ, ਤੇ ਨਾਲ ਨਾਲ ਖਾਣ ਦਾ ਵੀ ਪ੍ਰਬੰਧ ਕਰਦਾ ਵਾ। ਖਾ ਲੋ, ਚਲੋ ਚੁੱਕੋ ਭਾਂਡੇ ਭੁੰਡੇ ਫਿਰ। ਪਹਿਲਾਂ ਮੈਂ ਵਾਢੀ ਲੈਣੀ ਆ। ਚੱਲ ਤੂੰ ਲੈ ਲਾ। ਮਾਂ ਤੇ ਇੱਥੇ ਕਿਉਂ ਜਾਂਦੀ ਸਟੈਪੂ? ਇੱਥੇ ਥਾਂ ਸਾਫ ਹੀ, ਮੈਂ ਸੋਚਿਆ ਇੱਥੇ ਵਾ ਲੈਣੀ ਆ, ਤੇ ਮੈਂ ਉੱਥੇ ਬੋਣ ਲਿਆ ਸੀ। ਕੋਈ ਨੀ, ਹੁਣ ਤਾਂ ਇੱਥੇ ਬਣਾ ਲੈ, ਇੱਥੇ ਵੇ ਕਿੰਨਾ ਸੋਹਣਾ ਸਾਫ ਥਾਂ ਵਾ। ਚੱਲ ਬਣਾ ਲਾ ਹੁਣ, ਪਰ ਪਹਿਲੀ ਵਾਟੀ ਮੈਂ ਲੈਣੀ ਆ। ਤੂੰ ਹੀ ਲੈ ਲਈ ਪਹਿਲੀ ਵਾਟੀ, ਚੱਲ ਕੋਈ ਗੱਲ ਨੀ, ਲੈ ਲਈ। ਕਿੰਨੇ ਡੱਬੇ ਬਣਾਉਣੇ ਆ? ਚਾਰ। ਚਾਰ ਬਣਾਉਣੇ ਆ? ਚਾਰ ਇੱਧਰ, ਚਾਰ ਇੱਧਰ, ਅੱਠ ਬਣਾਉਣੇ ਆ। ਤੇ ਫਿਰ ਥੋੜੇ ਨਿੱਕੇ ਬਣਾ ਲਾ। ਛੇ ਬਣਾ ਲੈਣੇ ਆ। ਚੱਲ ਛੇ ਬਣਾ, ਬਹੁਤ ਆ ਨਾ। ਚੱਲ ਪਹਿਲੀ ਵਾਰੀ ਦੇ। ਚੱਲ ਠੀਕ ਆ, ਤੇ ਤੇਰੇ ਤੋਂ ਗਈ ਮੇਰੀ ਆ ਫਿਰ। ਤੂੰ ਤੇ ਹੋਈ ਜਾਣਾ ਵਾ, ਤੇ ਕੋਈ ਦੋ ਡੱਬੇ ਨੀ ਖੇਲੇ ਜਾਣੇ, ਮੈਂ ਕੋਈ ਦੋ ਖੇਡੇ ਗਏ ਆ। ਚੁੱਲਾ ਤੇ ਬਣ ਗਿਆ ਵਾ, ਮਾਂ ਤੈਨੂੰ ਨਾਲ ਲੈ ਕੇ ਚੌਂਕਾ ਬਣਾਵਾਂ, ਰਾਤ ਦਾ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਪੈਣਾ ਵਾ। ਇਹਨੂੰ ਨਾਲ ਲੈਣੀ ਆ, ਇੱਟਾਂ ਤੇ ਖੜਾ। ਮਾਂ ਤਾਂ ਡੋ ਹੋ ਗਈ, ਅਰਦੇ ਮੇਰੀ ਵਾੜੀ ਆ। ਲੈ ਲੈ ਤੂੰ ਮਾਟੀ। ਮਾਂ ਤਾਂ, ਹਾਂਜੀ ਮੰਮਾ। ਚਲ ਆ ਬੋਤੇ, ਤੇ ਚੁੱਲਾ ਬਣਾ ਲਈਏ, ਰਾਤ ਦਾ ਰੋਟੀ ਪਾਣੀ ਦਾ ਪ੍ਰਬੰਧ ਕਰੀਏ। ਚਲੋ ਬਣਾ ਲਈਏ, ਫਿਰ ਮੈਂ ਵੀ ਤੂੰ ਖੇਡ ਲਾ। ਚੌਂਕਾ ਪਾਣਾ ਤੇ ਤੇਰੀ ਵਾੜੀ ਨੇ ਮੁੜ ਕੇ ਰੋਟੀ ਨਹੀਂ ਬਣਾਉਣ ਦੇਣੀ। ਨਵੀ ਆ, ਤੂੰ ਵੀ ਇੱਟਾਂ ਬਣਾ ਨਾਲ ਆ ਜਾ ਮੇਰਾ ਪੁੱਤ। ਚਲੋ ਮੈਂ ਠੀਕ ਕਰੀ ਰੱਖ ਲਾ। ਹਾਂ ਪੁੱਤ, ਇੱਟਾਂ ਲਿਆ ਉੱਥੋਂ, ਬਣਾਈਆਂ ਇੱਥੇ ਸੀ।
ਰੱਬਾ ਕਿਹੜੇ ਮਾੜੇ ਕਰਮ ਕੀਤੇ, ਮੈਨੂੰ ਤਾਂ ਗਰੀਬੀ ਝੱਲਣੀ ਪੈਣ ਦੀ ਆ, ਨਾਲ ਮੇਰੇ ਬੱਚਿਆਂ ਨੂੰ ਵੀ ਝੱਲਣੀ ਪੈਣ ਦੀ ਆ। ਕਦੋਂ ਸਾਨੂੰ ਵੀ ਗੈਸ ਸਿਲੰਡਰ ਨਸੀਬ ਹੋਊਗਾ, ਅਸੀਂ ਵੀ ਉੱਥੇ ਕਿਤੇ ਰੋਟੀ ਪਾਣੀ ਕਰਿਆ ਕਰਾਂਗੇ। ਏਦਾਂ ਦੇ ਲੋਕਾਂ ਦੇ ਹੱਥਾਂ ਵੱਲ ਵੇਖਣ ਵਾਲੀ ਗੱਲ ਆ। ਹਾਂ ਪੁੱਤ ਕੀ ਹੋਇਆ ਵਾ? ਅੰਮਾ ਬੜੀ ਜ਼ੋਰ ਦੀ ਬੈਠ ਵੱਜ ਗਿਆ। ਹਾਏ ਮੈਂ ਮਰ ਜਾ, ਸੱਟ ਤੇ ਨੀ ਲੱਗੀ? ਬਸ ਗਿਆ ਦੋ ਪਰ ਵੱਜਾ। ਚੱਲ ਪੁੱਤ ਮੈਂ, ਤੂੰ ਬਹਿ ਜਾ, ਕੋਈ ਨੀ ਮੈਂ ਕਰ ਲੈਨੀ ਆ। ਮਨ ਦੇ ਧਿਆਨ ਨਾਲ ਲਿਆਈ, ਮੀਰ ਦੇ ਅੱਗੇ ਅੱਟ ਵੱਜ ਗਈ ਉਹ ਪੈਰ ਤੇ। ਸੰਦੀਪ ਕੋਰ ਬਣ ਗਿਆ ਵਾ ਚੁੱਲਾ? ਆਹੋ ਨਹੀਂ ਇਹ ਬਣਾਉਣ। ਅੱਛਾ ਚੱਲ ਵੇਨਾ ਮੈਂ ਲਿਆਉਣਾ ਵਾ ਆਟਾ ਉਟਾ ਕਿਤੇ, ਜੇ ਚੱਕੀ ਤੋਂ ਬਣ ਗਈ ਗੱਲ ਤੇ ਫੇਰ ਮੈਂ ਦੱਸਦਾ ਵੀ ਇੱਥੇ ਆਏ ਨਵਾਂ ਘਰ ਲਿਆ ਵਾ, ਜੇ ਕਿਤੇ ਬਣ ਗਈ ਗੱਲ ਤੇ ਠੀਕ ਆ ਬਣਾਓ ਤੁਸੀਂ ਓਨਾ ਚਿਰ। ਸਾਲ ਨਾ 5 ਮਿੰਟ ਹਰ ਬਣਾਉਣੀ ਆ, ਗਰਮੀ ਪੜੀ ਆ ਤੇ ਕੀ ਕਰਾਂ। ਅੰਮਾ ਇੰਟਰਨੈਟ ਮੇਰਾ ਨੋਈ ਭਰਦਾ, ਭੀੜ ਬੜੀ ਹੋਣੀ ਆ। ਹਾਏ ਮੈਂ ਮਰ ਗਿਆ, ਇਹ ਸੱਟ ਕਿਤੇ ਮੇਰੇ ਲੱਗ ਜਾਂਦੀ, ਮੇਰੇ ਪੁੱਤ ਤੇ ਕਾਤੋਂ ਲੱਗੀ। ਦਿਨੇ ਦਿਨੇ ਬਣਾ ਲੋ, ਹਨੇਰਾ ਹੋ ਗਿਆ ਤੇ ਫਿਰ ਮੁਸ਼ਕਲ ਹੋਊਗਾ ਕੰਮ। ਕੋਈ ਗੱਲ ਨੀ, ਤੁਸੀਂ ਆਟੇ ਦਾ ਪਤਾ ਕਰਕੇ ਆਓ, ਬਣਾ ਲੈਣੀ ਮੈਂ। ਆਏ ਨੀ ਹਲੇ ਤੱਕ, ਹਨੇਰਾ ਹੋਣ ਡਿਆ ਵਾ, ਨਿਆਣੇ ਵਿਚਾਰੇ ਅੰਦਰ ਬੈਠੇ ਆ, ਗਰਮੀ ਵੀ ਬੜੀ ਆ। ਵੇਖਾਂ ਭਲਾ ਹਾਂ ਬਣਿਆ ਚੁੱਲਾ? ਆਹੋ ਮਿਲ ਗਿਆ ਆਟਾ। ਆਟਾ ਨੀ ਮਿਲਿਆ, ਲਿਫਾਫਾ ਹੀ ਵੱਡਾ ਵਾ, ਇਹਦੇ ਵਿੱਚ ਕੱਲਾ ਇੱਕ ਬ੍ਰੈਡ ਵਾ। ਮਾੜਾ ਮੋਟਾ ਖਾ ਕੇ ਸੌਂ ਜਾਓ, ਇੱਥੇ ਮੇਰੀ ਕੋਈ ਵਾਕਫੀ ਨੀ ਹੈਗੀ ਅਜੇ, ਥੋੜੇ ਦਿਨ ਲੱਗਣੇ ਵਾਕਫੀ ਹੋਣ ਨੂੰ, ਫੇਰ ਸਾਰਾ ਕੁਝ ਮਿਲ ਜੂਗਾ। ਅਜੇ ਕੋਈ ਜਾਣ ਪਛਾਣ ਵਾਲਾ ਨੀ, ਬ੍ਰੈਡ ਲੈਂਦਾ ਵਾ ਵੱਡਾ, ਇਹ ਖਾ ਕੇ ਤੇ ਸੌਂ ਜਾਓ, ਟਾਈਮ ਪਾਸ ਕਰੋ, ਸਵੇਰੇ ਵੇਖਾਂਗੇ। ਠੀਕ ਆ? ਠੀਕ ਆ। ਸਾਈਕਲ ਅੰਦਰ ਲਾਉਣਾ ਵਾ ਜਾਂ ਕੱਦ ਨਾਲ ਲਾਦਾ? ਨਿਆਣੇ ਕਿੱਦਾਂ ਸੌਣਗੇ ਪਾਣੀ ਦੇ ਘੁੱਟ ਤੇ ਬ੍ਰੈਡਾਂ ਤੇ, ਰਾਤ ਕਿੱਦਾਂ ਕੱਢਣਗੇ। ਚਲੋ ਟਾਈਮ ਪਾਸ ਕਰਨਾ ਪੈਣਾ ਵਾ, ਵਾਹਿਗੁਰੂ ਨੂੰ ਜੋ ਭਾਵੇ। ਕਿਤੇ ਉਹ ਚੱਕੀ ਤਾਂ ਆਟਾ ਨੀ ਮਿਲਿਆ? ਨਹੀਂ ਕਿਤੇ ਉਹ ਨੀ ਮਿਲਿਆ, ਆ ਬ੍ਰੈਡ ਮਿਲ ਗਿਆ ਵਾ ਕਿਸੇ ਕੋ, ਮੈਂ ਮਾੜਾ ਮੋਟਾ ਕਹਿ ਕੇ ਲਿਆਂਦਾ ਵਾ, ਸਵੇਰੇ ਦਿਨਾ ਪੈਸੇ ਬ੍ਰੈਡਾਂ ਦੇ। ਨਿਆਣਿਆਂ ਨੇ ਪੁੱਛਿਆ ਤੇ ਫਿਰ ਕੀ ਕਹੂੰਗੀ? ਨਿਆਣਿਆਂ ਨੂੰ ਕਹੀ ਬ੍ਰੈਡ ਚੰਗੇ ਹੁੰਦੇ ਆ ਰੋਟੀ ਨਾਲੋਂ, ਕਹ ਰੋਟੀ ਨਾਲੋਂ ਬ੍ਰੈਡ ਚੰਗਾ, ਇੱਕ ਇੱਕ ਖਾਓ ਤਾਕਤ ਵੱਧ ਮਿਲਦੀ ਆ। ਉਹਨਾਂ ਵਿਚਾਰਿਆ ਕਿਹੜੇ ਬ੍ਰੈਡ ਕਦੀ ਵੇਖੇ ਆ, ਉਹਨਾਂ ਨੇ ਤਾਂ ਖਾ ਹੀ ਲੈਣੇ ਆ। ਇੱਥੇ ਵੀ ਮੱਛਰ ਬਹੁਤ ਜ਼ਿਆਦਾ ਵਾ, ਪੱਖੇ ਦਾ ਵੀ ਇੰਤਜ਼ਾਮ ਕਰਨਾ ਪੈਣਾ ਵਾ। ਚਲੋ ਕੱਟੋ ਦਿਨ, ਫਿਰ ਕੀ ਕਰਨਾ ਵਾ।